पर बहुत सारे पॉलिटिकल सरकमस्टेंसेस ਨੇ ਕਿਉਂਕਿ ਕਾਂਗੜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹੋਏ ਪਹਿਲਾਂ ਕਾਂਗੜ ਦੂਰ ਹੋਏ ਕੈਪਟਨ ਤੋਂ ਬਾਗੀ ਧੜੇ ਕੋਲੇ ਗਏ ਪਰ ਬਾਅਦ ਚੋਂ ਕਾਂਗੜ ਕੈਪਟਨ ਦੇ ਖੇਮੇ ਚ ਆ ਗਏ ਇਹ ਸਵਾਲ ਹੈ ਨੌਕਰੀ ਤਾਂ ਫਿਰ ਪਹਿਲੀ ਮਿਲ ਸਕਦੀ ਸੀ ਜਾਂ ਫਿਰ ਇਸ ਤਰ੍ਹਾਂ ਦੇ ਹੋਰ ਕਿੰਨੇ ਲੋਕ ਲੋਕ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਨੌਕਰੀਆਂ ਇਸ ਕੈਬਨਿਟ ਦਿੱਤੀਆਂ ਗਈਆਂ ਨੇ ਉਹ ਵਿਵਾਦ ਤੋਂ ਬਾਅਦ ਵੀ ਇਹ ਨੌਕਰੀ ਲੈਣਾ ਤੇ ਦੇਣਾ ਦੂਨੀ ਮੈਨੂੰ ਲੱਗਦਾ ਆਪਦੇ ਆਪ ਦੇ ਅੰਦਰ ਬਹੁਤ ਕੰਟਰੈਡਿਕਟਰੀ ਹੈ। ਔਰ ਕਾਂਗੜ ਇਸ ਤਰੀਕੇ ਨਾਲ ਕਹਿ ਰਹੇ ਨੇ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਹੋਵੇ। ਕਿ ਉਹਨਾਂ ਨੂੰ ਨਹੀਂ ਪਤਾ ਹੋਣਾ। ਮੰਨ ਲਓ ਜਿਵੇਂ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਪਿਤਾ ਤਾਂ ਇਸ ਗੱਲ 'ਚ ਹੋਏ ਸੀਗੇ ਇਹ ਤਾਂ ਨੌਕਰੀ ਤਾਂ ਬਣਦੀ ਹੋਈ ਸੀ। ਉਦੋਂ ਦੀ ਮਿਲ ਜਾਂਦੀ ਨੌਕਰੀ। ਜਿੰਨਾ ਜਿੰਨਾਂ ਨੇ ਸਾਥ ਦਿੱਤਾ ਉਹਨਾਂ ਨੂੰ ਇਨਾਮ ਤਾਂ ਮਿਲੇ ਨੇ। ਉਹੀ ਨਾਮ ਮੈਨੂੰ ਲੱਗਦਾ ਕਾਂਗੜ ਨੂੰ ਮਿਲਿਆਗਾ ਜਿਸ ਕਰਕੇ ਨੌਕਰੀ ਮਿਲੀ ਆ। ਇਹਨਾਂ ਪਰਿਵਾਰਾਂ ਚ ਤਾਂ ਨੌਕਰੀ ਨਾ ਵੀ ਹੋਵੇ ਇਹਨਾਂ ਨੂੰ ਕੀ ਲੋੜ ਆਗੀ ਨੌਕਰੀਆਂ ਦੀ? ਯਾਦਵਿੰਦਰ ਜੀ ਪਹਿਲਾਂ ਇਹਨਾਂ ਵਿਵਾਦ ਹੋ ਕੇ ਹਟਿਆ ਨੌਕਰੀਆਂ ਵਾਲੇ ਮਸਲੇ ਤੇ ਪਰ ਫਿਰ ਵੀ ਕਾਂਗੜ ਦੇ ਜਵਾਈ ਨੂੰ ਨੌਕਰੀ ਦਿੱਤੀ ਗਈ ਹੈ ਅਜਿਹਾ ਕਿਉਂ? ਸਮਝ ਤੋਂ ਬਾਹਰ ਹੈ ਇਹ ਗੱਲ ਪਰ ਬਹੁਤ ਸਾਰੇ ਪੋਲੀਟੀਕਲ ਸਰਕਮਸਟੈਂਸਸ ਨੇ ਕਿਉਂਕਿ ਕਾਂਗੜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹੋਏ ਇਸ ਪੂਰੇ ਵਿਵਾਦ ਦੇ ਅੰਦਰ ਕਾਂਗੜ ਦੀ ਬੇਹੱਦ ਨੇੜਤਾ ਬਣੀ ਪਹਿਲਾਂ ਕਾਂਗੜ ਦੂਰ ਹੋਏ ਕੈਪਟਨ ਤੋਂ ਬਾਗੀ ਧੜੇ ਕੋਲੇ ਗਏ ਪਰ ਬਾਅਦ ਚੋਂ ਕਾਂਗੜ ਕੈਪਟਨ ਦੇ ਖੇਮੇ ਚ ਆ ਗਏ ਜਿਹਦਾ ਸ਼ਾਇਦ ਇਨਾਮ ਅੱਜ ਕਾਂਗੜ ਹੋਰਾਂ ਨੂੰ ਮਿਲਿਆਗਾ ਪਰ ਕਾਂਗੜ ਹੋਰੀ ਕਹਿ ਰਹੇ ਨੇ ਕਿ ਮੇਰੀ ਬਦਨਸੀਬੀ ਹੈ ਕਿ ਮੈਂ ਆਪਣੀ ਬੇਟੀ ਹੈ ਜਿਹੜੀ ਉਹ ਉੱਥੇ ਵਿਆਹਤੀ ਨਹੀਂ ਤਾਂ ਨੌਕਰੀ ਉਹਨਾਂ ਨੂੰ ਵੈਸੀ ਮਿਲਣੇ ਸੀ ਸਵਾਲ ਇਹ ਨਹੀਂਗਾ ਕਿ ਸਵਾਲ ਇਹ ਹੈ ਨੌਕਰੀ ਤਾਂ ਫਿਰ ਪਹਿਲੀ ਮਿਲ ਸਕਦੀ ਸੀ ਜਾਂ ਫਿਰ ਇਸ ਤਰ੍ਹਾਂ ਦੇ ਹੋਰ ਕਿੰਨੇ ਲੋਕ ਲੋਕ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਨੌਕਰੀਆਂ ਇਸ ਕੈਬਨਿਟ ਜਿੱਤੀਆਂ ਗਈਆਂ ਨੇ ਜਾਂ ਹੋਰ ਕੈਬਨਟਾਂ ਚ ਦਿੱਤੀਆਂ ਗਈਆਂ ਨੇ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਇੰਨਾ ਵੱਡਾ ਵਿਵਾਦ ਹੋਇਆ ਹੋਵੇ ਪਹਿਲਾਂ ਫਤੇ ਜੰਗ ਬਾਜਵਾ ਦੇ ਬੇਟੇ ਤੇ ਆਪਾਂ ਦੇਖਿਆਗਾ ਉਸ ਤੋਂ ਬਿਨਾ ਦੂਜੇ ਪਾਸੇ ਜਿਹੜਾ ਵੀ ਵਿਵਾਦ ਬਹੁਤ ਵੱਡਾ ਪੈਦਾ ਹੋਇਆ ਸੀਗਾ ਉਹ ਵਿਵਾਦ ਤੋਂ ਬਾਅਦ ਵੀ ਇਹ ਨੌਕਰੀ ਲੈਣਾ ਤੇ ਦੇਣਾ ਦੋਨੇ ਮੈਨੂੰ ਲੱਗਦਾ ਆਪਦੇ ਆਪ ਦੇ ਅੰਦਰ ਬਹੁਤ ਕੰਟਰੈਡਿਕਟਰੀ ਹੈ ਲੈਣ ਵਾਲੇ ਨੂੰ ਵੀ ਪਤਾ ਵਿਵਾਦ ਹੋਊਗਾ ਔਰ ਦੇਣ ਵਾਲੇ ਨੂੰ ਪਤਾ ਔਰ ਕਾਂਗੜ ਇਸ ਤਰੀਕੇ ਨਾਲ ਕਹਿ ਰਹੇ ਨੇ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਉਹਨਾਂ ਨੂੰ ਨਹੀਂ ਪਤਾ ਹੋਣਾ ਜਾਂ ਇਸ ਗੱਲ ਦੇ ਲਈ ਉਹਨਾਂ ਦੇ ਪਰਿਵਾਰ ਨੇ ਜ਼ੋਰ ਨਹੀਂ ਲਾਇਆ ਹੋਣਾ ਇਹ ਹੋ ਹੀ ਨਹੀਂ ਸਕਦਾਗਾ ਮਤਲਬ ਇਹ ਕਿਹਨੂੰ ਸਮਝਾਉਣ ਲੱਗੇ ਨੇ ਤਾਂ ਸਭ ਨੂੰ ਪਤਾ ਹੈਗਾ ਕਿ ਕਾਂਗੜ ਹੋਰਾਂ ਨੇ ਕਿਸ ਤਰੀਕੇ ਦੇ ਨਾਲ ਇਹ ਨੌਕਰੀ ਹੈ ਜਿਹੜੀ ਉਦਤੀ ਲਈ ਹੈਗੀ ਜਾਂ ਕੈਪਟਨ ਸਰਕਾਰ ਨੇ ਕਿਵੇਂ ਦਿੱਤੀ ਹੈਗੀ ਇੱਥੇ ਤਾਂ ਬਾਤ ਹੋਣੀ ਹੋਣਾ ਸੀ ਦੇ ਕਾਂਗੜ ਹੋਰਾਂ ਨੂੰ ਜਿਹੜਾ ਰੋਸ ਆਗਾ ਕਿ ਜੀ ਮੈ ਨੌਕਰੀ ਮਿਲੀ ਅਖਬਾਰਾਂ ਨੇ ਖਬਰਾਂ ਲਾਤੀਆਂ ਚੈਨਲਾਂ ਤੇ ਈਸ਼ੂ ਆ ਗਿਆ ਉਹ ਤਾਂ ਹੋਣੀ ਹੀ ਸੀਗਾ ਜਦੋਂ ਪਹਿਲਾਂ ਉਹਨਾਂ ਨੂੰ ਪਤਾ ਹੈਗਾ ਕਿ ਜਦੋਂ ਪਹਿਲਾਂ ਹੋਈਆਂ ਨੇ ਔਰ ਦੂਜੀ ਗੱਲ ਕੀ ਮੰਨ ਲਓ ਜਿਵੇਂ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਪਿਤਾ ਤਾਂ ਇਸ ਗੱਲ 'ਚ ਹੋਏ ਸੀਗੇ ਇਹ ਤਾਂ ਨੌਕਰੀ ਤਾਂ ਬਣਦੀ ਹੋਈ ਸੀ ਉਦੋਂ ਦੀ ਮਿਲ ਜਾਂਦੀ ਨੌਕਰੀ ਹੁਣ ਕਿਉਂ ਇਨਾਂ ਦੀ ਸਰਕਾਰ ਆਈ ਨੂੰ ਵੀ ਕਿੰਨਾ ਟਾਈਮ ਹੋ ਗਿਆ ਕੈਪਟਨ ਸਰਕਾਰ ਦੇ ਤਾਂ ਅਹੀ 4-5 ਮਹੀਨੇ ਰਹਿ ਗਏ ਹੁਣ ਇਤੋਂ ਪਹਿਲਾਂ ਕੈਪਟਨ ਸਰਕਾਰ ਸੀ ਸਾਢੇ 4 ਸਾਲ ਚ ਵੀ ਤਾਂ ਨੌਕਰੀ ਮਿਲ ਸਕਦੀ ਸੀ ਕਾਂਗੜ ਦੇ ਜਵਾਈ ਨੂੰ ਸਾਢੇ 4 ਸਾਲ ਚ ਕਿਉਂ ਨਹੀਂ ਮਿਲੀ ਇਹ ਸਭ ਤੋਂ ਵੱਡਾ ਸਵਾਲ ਆ ਸਾਢੇ 4 ਸਾਲ ਅਗਰ ਨਹੀਂ ਮਿਲੀ ਇਹਦਾ ਮਤਲਬ ਉਹ ਚੀਜ਼ਾਂ ਸ਼ਰਤਾਂ ਚ ਨਹੀਂ ਉਦੋਂ ਉਦੋਂ ਫਾਲ ਕਰਦੇ ਹੋਣੇ ਜਾਂ ਨਹੀਂ ਲੱਗਦਾ ਹੋਣਾ ਸਰਕਾਰ ਨੂੰ ਹੁਣ ਜਿੰਨਾਂ ਜਿੰਨਾਂ ਨੇ ਸਾਥ ਦਿੱਤਾ ਉਹਨਾਂ ਨੂੰ ਇਨਾਮ ਤਾਂ ਮਿਲੇ ਨੇ ਉਹੀ ਨਾਮ ਮਿਲਣ ਲੱਗਦਾ ਕਾਂਗੜ ਨੂੰ ਮਿਲਿਆਗਾ ਜਿਸ ਕਰਕੇ ਨੌਕਰੀ ਮਿਲੀ ਆ ਪਰ ਵਿਵਾਦ ਇਦੇ ਨਾਲ ਪਰਸੈਪਸ਼ਨ ਆ ਨਾ ਜਿਹੜੀ ਪੋਲਿਟਿਕਸ ਦੇ ਅੰਦਰ ਸਭ ਕੁਝ ਪਰਸੈਪਸ਼ਨ ਹੁੰਦਾ ਇਹਦੇ ਨਾਲ ਲੋਕਾਂ 'ਚ ਪਰਸੈਪਸ਼ਨ ਠੀਕ ਨਹੀਂ ਜਾਂਦੀ ਕਿ ਲੋਕਾਂ ਦਾ ਹਾਲ ਕੀ ਐ ਜਾਂ ਫਿਰ ਕਾਂਗੜ ਕੋਈ ਬਹੁਤ ਗਰੀਬ ਹੋਣ ਉਹਨਾਂ ਦੇ ਜਵਾਈ ਬਹੁਤ ਗਰੀਬ ਹੋਣ ਫਿਰ ਵੀ ਮੰਨਿਆ ਜਾ ਸਕਦਾਗਾ ਵੀ ਭਾਈ ਕਿਸੇ ਨੇ ਤਾਂ ਬਹੁਤ ਲੋੜਵੰਦ ਸੀ ਇਹਨਾਂ ਪਰਿਵਾਰਾਂ 'ਚ ਤਾਂ ਨੌਕਰੀ ਨਾ ਵੀ ਹੋਵੇ ਇਹਨਾਂ ਨੂੰ ਕੀ ਲੋੜ ਆਗੀ ਨੌਕਰੀਆਂ ਦੀ ਇਹ ਤਾਂ ਰਿਚ ਪਰਿਵਾਰ ਨੇ ਅਮੀਰ ਲੋਕ ਨੇ ਕਾਰੋਬਾਰੀ ਲੋਕ ਨੇ ਇਕੱਲੀ ਪੋਲਿਟਿਕਸ ਥੋੜੀ ਕਰਦੇ ਆ ਕਾਰੋਬਾਰ ਵੀ ਐ ਸਭ ਦੇ ਇਸ ਕਰਕੇ ਇਹ ਜਿਹੜੀ ਗੱਲ ਹੈ ਕਿ ਆਪਣੇ ਆਪ ਦੇ ਅੰਦਰ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਵੀ ਇਹਨੇ ਵਿਵਾਦ ਤੋਂ ਬਾਅਦ ਵੀ ਜਦੋਂ ਮਸਲੇ ਦਿੱਲੀ ਤੱਕ ਪਹੁੰਚੇ ਹੋਣ ਮੰਤਰੀ ਬੋਲੇ ਹੋਣ ਐਮਐਲਏ ਬੋਲੇ ਹੋਣ ਇੱਕ ਨੌਕਰੀ ਹੋਰ ਦੇਤੀ ਵਿਰੋਧੀਆਂ ਦੇ ਨਿਸ਼ਾਨੇ ਤੇ ਫੇਰ ਆਉਣਗੇ ਕਾਂਗੜਾ ਇਹ ਵੀ ਹੋਏ ਨੇ ਤਾਂ ਵਿਰੋਧੀ ਉਹਨਾਂ ਤੇ ਸਵਾਲ ਖੜੇ ਕਰ ਰਹੇ ਨੇ ਜਿਵੇਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਕਾਂਗੜ ਕੀ ਉਹਨਾਂ ਦੇ ਜਵਾਈ ਨੂੰ ਇਹ ਨੌਕਰੀ ਛੱਡਣੀ ਵੀ ਪੈ ਸਕਦੀ ਹੈ ਛੱਡਣੀ ਪੈ ਸਕਦੀ ਹੈ ਕਿ ਆਪਾਂ ਦੇਖਿਆ ਪਹਿਲਾਂ ਫਤੇਜੰਗ ਬਾਜਵਾ ਦੇ ਬੇਟੇ ਨੇ ਛੱਡੀ ਨੌਕਰੀ ਛੱਡੀ ਔਰ ਪੂਰਾ ਉਹਨਾਂ ਨੇ ਦਲੀਲਾਂ ਦਿੱਤੀਆਂ 100 ਤਰ੍ਹਾਂ ਦੀਆਂ ਔਰ ਉਹਨਾਂ ਦੀ ਨੌਕਰੀ ਨੂੰ ਲੈ ਕੇ ਵੀ ਸਵਾਲ 3600 ਤਰ੍ਹਾਂ ਦੇ ਖੜੇ ਹੋਏ ਸੀਗੇ ਇਸ ਕਰਕੇ ਹੁਣ ਜਦੋਂ ਪ੍ਰੈਸ਼ਰ ਦੀ ਗੱਲ ਆ ਗਈ ਹੁਣ ਕਿਉਂਕਿ ਮਾਹੌਲ ਥੋੜਾ ਜਿਹਾ ਹੋਰ ਤਰ੍ਹਾਂ ਦਾ ਕੋਈ ਨਹੀਂ ਬੋਲਿਆ ਉਸ ਤਰੀਕੇ ਦੇ ਨਾਲ ਜਾਂ ਕਾਂਗੜੂ ਨੇ ਨਿਸ਼ਾਨੇ ਤੇ ਨਹੀਂ ਆ ਬਾਕੀਆਂ ਦੇ ਜਿਨੇ ਫਤੇ ਜੰਗ ਬਾਜਵਾ ਸੀ ਬਾਜਵਾ ਫੈਮਿਲੀ ਦੇ ਨਾਲ ਤਾਂ ਬਹੁਤ ਜ਼ਿਆਦਾ ਆਪਾਂ ਦੇਖਿਆ ਕਿੰਨੇ ਲੋਕ ਤਾਂ ਜਿਨੇ ਵੀ ਮੰਤਰੀ ਨੇ ਹੋਰ ਨੇ ਸਭ ਨੇ ਵਿਰੋਧ ਕੀਤਾ ਸੀਗਾ ਕਾਂਗੜ ਥੋੜਾ ਜਿਹਾ ਲੀਨੀਅਰਟ ਰਹਿੰਦੇ ਨੇ ਥੋੜਾ ਰਿਲੇਸ਼ਨ ਠੀਕ ਰੱਖਦੇ ਨੇ ਬਾਕੀਆਂ ਨਾਲ ਤਾਂ ਉਹਨਾਂ ਦੇ ਉੱਤੇ ਉਸ ਤਰ੍ਹਾਂ ਦੇ ਬਿਆਨ ਤਿੱਖੇ ਨਹੀਂ ਆਏ ਕਾਂਗਰਸ ਦੇ ਐਮਐਲਏ ਵੱਲੋਂ ਜਾਂ ਮੰਤਰੀਆਂ ਵੱਲੋਂ ਪਰ ਉਹ ਤਾਂ ਕਾਂਗਰਸ ਦੇ ਵੱਲੋਂ ਆਈ ਸੀ ਇਹ ਨਹੀਂ ਹੈ ਜਿਵੇਂ ਪ੍ਰਗਟ ਸਿੰਘ ਨੇ ਅੱਜ ਕਿਹਾਗਾ ਕਿ ਮੈਂ ਤਾਂ ਪਹਿਲਾਂ ਹੀ ਉਹਨੂੰ ਵੀ ਗਲਤ ਮੰਨਦਾ ਰਿਆਂਗਾ ਤਾਂ ਜਿਹੜੇ ਉਦੋਂ ਗਲਤ ਮੰਨਦੇ ਸੀ ਉਹ ਇਸ ਵਾਰ ਨਹੀਂ ਬੋਲੇ ਸ਼ਾਇਦ ਬੋਲਣਗੇ ਪਰ ਜੇ ਆਵਾਜ਼ ਇਸੇ ਤਰ੍ਹਾਂ ਬੁਲੰਦ ਹੋਈ ਆਉਣ ਵਾਲੇ ਦਿਨਾਂ ਦੇ ਅੰਦਰ ਹੋਰ ਤਿੱਖਾ ਇਸ ਮਸਲੇ ਦੇ ਉੱਤੇ ਵਿਰੋਧ ਹੋਇਆ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਇਹ ਫੈਸਲਾ ਜਿਹੜਾ ਖੁਦ ਹੀ ਵਾਪਸ ਲੈਣਾ ਪਵੇ ਜੇ ਕਾਂਗੜ ਨੂੰ ਪਰ ਇਹ ਆਪਣੇ ਆਪ 'ਚ ਇੱਕ ਸਵਾਲ ਬਹੁਤ ਵੱਡਾ ਹੈਗਾ ਕਿ ਇਹ ਪਰਿਵਾਰ ਤੇ ਠੀਕ ਠਾਕ ਪਰਿਵਾਰ ਨੇ ਸਾਰੇ ਤੇ ਇਨਾਂ ਨੂੰ ਵੀ ਨੌਕਰੀਆਂ ਦਾ ਇਨਾਂ ਪਤਾ ਨਹੀਂ ਕੀ ਮਤਲਬ ਉਹ ਹੈਗਾ ਆਪਾਂ ਦੇਖਦੇ ਆਂਗੇ ਕਿ ਪੰਜਾਬ ਦੇ ਅੰਦਰ ਇਹ ਕਹਿ ਟ੍ਰੈਂਡ ਕਿ ਨੌਕਰੀ ਦੇ ਅੰਦਰ ਜਾਣ ਦਾ ਹਾਂ ਕਿ ਪੱਕੀ ਨੌਕਰੀ ਮਿਲ ਜੇ ਤਾਂ ਉਸੇ ਮੈਨੂੰ ਲੱਗਦਾ ਸਮਝ ਚੋਂ ਇਹ ਸਾਰੀ ਗੱਲ ਤੇ ਨੇੜਤਾ ਮੈਂ ਜਿਵੇਂ ਦੱਸੀ ਆ ਪਿਛਲੇ ਦਿਨਾਂ ਦੇ ਅੰਦਰ ਜਦੋਂ ਕ੍ਰਾਈਸਿਸ ਕੈਪਟਨ ਮਨਿੰਦਰ ਸਿੰਘ ਕ੍ਰਾਈਸਿਸ ਸੀਗੇ ਵੱਡੇ ਸੰਕਟ ਸੀਗੇ ਉਦੋਂ ਕਾਂਗੜ ਜਾ ਕੇ ਨਾਲ ਖੜੇ ਹੋਏ ਕੈਪਟਨ ਮਨਿੰਦਰ ਸਿੰਘ ਦੇ ਔਰ ਪਾਲਾ ਬਦਲ ਕੇ ਖੜੇ ਹੋਏ ਉਹਦਾ ਫਾਇਦਾ ਕਾਂਗੜ ਨੂੰ ਮਿਲ ਰਿਹਾ ਉਸੇ ਫਾਇਦੇ ਦਾ ਨਾਮ ਕਹਿ ਦਈਏ ਨੌਕਰੀ ਹੈ ਜਿਹੜੀ ਉਹ ਕਾਂਗੜ ਹੋਰਾਂ ਦੇ ਜਵਾਈ ਨੂੰ ਮਿਲ ਰਹੀ ਹੈ